खबर अमृतसर तो, अमृतसर पुलिस ने देव पार दे अड्डे का पर्दाफाश किया है। एक नहीं दो नहीं बल्कि 18 लोगों को पुलिस ने गिरफ्तार किया है। दरअसल अमृतसर दे रंजीत एवेन्यू स्थित डी ब्लॉक दे विच फर्स्ट केयर स्पा सेंटर दी आड़ दे विच ग्राहकां नू लभाउण दे लई थाईलैंड तो लियांदियां कुड़ियां नू ग्राहकां सामने परोसा जा रहा सी। जो ही पुलिस नू सूचना मिली, पुलिस ने स्पा सेंटरां दे विच छापेमारी कीती। पुलिस ने छापेमारी करके 19 लोगों खिलाफ मामला दर्ज करके मौके ते 18 नू गिरफ्तार किया, जिन्हां दे विच 4 विदेशी 3 देसी कुड़ियां दे नाल स्पा सेंटर दे मैनेजर अते 10 ग्राहक शामिल ने। ਸ਼ਾਮ ਨੂੰ ਸਾਨੂੰ ਇੱਕ ਜਿਹੜੀ ਹੈ ਖੁਫੀਆ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਜ਼ੇਰੀਆ ਮਾਰਕੀਟ ਦੇ ਵਿੱਚ ਫਸਟ ਕੇਅਰ ਨਾਮ ਦਾ ਇੱਕ ਸਪਾ ਸੈਂਟਰ ਚਲਾਇਆ ਜਾ ਰਿਹਾ, ਜਿੱਥੇ ਜਿਹੜੀਆਂ ਨੇ ਇਨੋਸੈਂਟ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਗਲਤ ਧੰਦੇ ਦੇ ਵਿੱਚ ਧਕੇਲਿਆ ਜਾ ਰਿਹਾ। ਉਹਦੇ 'ਤੇ ਜਿਹੜੀ SHO ਕੈਂਟੋਨਮੈਂਟ ਇੰਸਪੈਕਟਰ ਸੁਖਿੰਦਰ ਸਿੰਘ ਜੀ ਦੇ ਨਾਂ ਲੈ ਕੇ ਆਪਾਂ ਇੱਕ ਬਲਾਈਂਡ ਰੇਡ ਕੀਤੀ, ਜਿੱਥੇ ਸਾਨੂੰ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ। ਉਹਦੇ ਵਿੱਚ ਸਾਨੂੰ ਜਿਹੜੀ ਆ ਮੌਕੇ ਤੋਂ ਜਿਹੜੀਆਂ ਨੇ 4 ਜਿਹੜੀਆਂ ਫੋਰਨਰ ਲੜਕੀਆਂ ਥਾਈਲੈਂਡ ਦੀਆਂ ਸੀਗੀਆਂ ਅਤੇ 3 ਇੰਡੀਅਨ ਲੜਕੀਆਂ ਬਰਾਮਦ ਹੋਈਆਂ ਨੇ। ਗਾਹਕ ਟੋਟਲ 10 ਗਾਹਕ ਸੀਗੇ ਅਤੇ ਇੱਕ ਮੈਨੇਜਰ। ਸਾਨੂੰ ਟੋਟਲ ਜਿਹੜੇ ਇਹਦੇ 'ਚ 18 ਬੰਦੇ ਜਿਹੜੇ ਨੇ ਉਹ ਮਿਲੇ ਨੇ ਅਤੇ ਜਿਹੜਾ ਇਹਦਾ ਓਨਰ ਸੀਗਾ ਮਨਦੀਪ ਸਿੰਘ ਉਹ ਉਸ ਟਾਈਮ 'ਤੇ ਪਕੜਦਾ। ਇਹ ਉਹਨਾਂ ਨੂੰ ਪੈਸਿਆਂ ਦਾ ਝਾਂਸਾ ਦੇ ਕੇ ਜਿਹੜਾ ਆ ਭੋਲੇ ਭਾਲੇ ਲੋਕਾਂ ਨੂੰ, ਜਿਹੜੀਆਂ ਇਨੋਸੈਂਟ ਗਰਲਸ ਨੇ ਉਹਨਾਂ ਨੂੰ ਜਿਹੜੇ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਅਜਿਹੇ ਧੰਦੇ ਦੇ ਵਿੱਚ ਜਿਹੜੇ ਨੇ ਧਕੇਲਦੇ ਸੀ। ਇਹ ਕਾਫੀ ਟਾਈਮ ਤੋਂ ਚੱਲਦੇ ਸੀਗੇ, ਇਹਨਾਂ ਦੀ ਕਾਫੀ ਕੰਪਲੇਂਟਸ ਆਈਆਂ ਨੇ। ਪਹਿਲਾਂ ਵੀ ਇੱਕ ਵਾਰ ਰੇਡ ਕੰਡਕਟ ਕੀਤੀ ਗਈ ਲੇਕਿਨ ਕਾਮਯਾਬੀ ਹਾਸਲ ਨਹੀਂ ਹੋ ਸਕੀ ਸੀਗੀ, ਬਟ ਹੁਣ ਜਿਹੜੀ ਇੱਕ ਅੱਡੀ ਕਾਮਯਾਬੀ ਮਿਲੀ। ਫੋਰਨ ਨੈਸ਼ਨਲ ਨੂੰ ਜੀ ਪੈਸੇ ਦਾ ਚਾਂਸਾ ਦੇ ਕੇ ਕਿ ਉਹ ਇੱਥੇ ਜਿਹੜੇ ਈ ਬਿਜ਼ਨਸ ਵੀਜ਼ਾ 'ਤੇ ਆਉਂਦੀਆਂ ਨੇ, ਪਲੱਸ ਉਹਨਾਂ ਨੂੰ ਅਜਿਹੇ ਧੰਦੇ ਦੇ ਵਿੱਚ ਧਕੇਲ ਕੇ ਉਹਨਾਂ ਦੇ ਨਾਂ 'ਤੇ ਖੁਦ ਵੀ ਜਿਹੜੀ ਆ ਮੋਟੀ ਕਮਾਈ ਕਰਦੇ ਨੇ। ਬਿਲਕੁਲ ਬਿਲਕੁਲ ਜੀ, ਇਹਨਾਂ ਦੇ ਉੱਪਰ ਜਿਹੜੀ ਇਮਾਰਟ ਟ੍ਰੈਫਿੰਗ ਐਕਟ ਪਲੱਸ ਫੋਰਨਰ ਐਕਟ ਜੋ ਇਹਨਾਂ ਨੇ ਵੀਜ਼ਾ ਦੀਆਂ ਕੰਡੀਸ਼ਨਸ ਨੂੰ ਜਿਹੜਾ ਵਾਇਲੇਟ ਕੀਤਾ ਉਹਦੇ ਰਿਗਾਰਡਿੰਗ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ। ਬਿਲਕੁਲ ਜੀ, ਜੇ ਮੇਰੀ ਤੁਹਾਡੇ ਚੈਨਲਾਂ ਦੇ ਲਈ ਇਹੀ ਅਪੀਲ ਹੈ ਕਿ ਜੇਕਰ ਕੋਈ ਵੀ ਅਜਿਹਾ ਗਲਤ ਧੰਦਾ ਕਰਵਾ ਰਿਹਾ ਤਾਂ ਉਹ ਆਪਣੇ ਜਿਹੜੇ ਧੰਦੇ ਨੂੰ ਬੰਦ ਕਰ ਦੇ, ਅਦਰਵਾਈਜ਼ ਜਿਹੜਾ ਵੀ ਚੀਜ਼ ਨੋਟਿਸ ਆਏਗੀ ਕੁਛ ਵੀ ਹੋਏਗਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਸਖ਼ਤ ਤੋਂ ਸਖ਼ਤ ਕਾਰਵਾਈ ਮਸਲਿਆਂ ਦੀ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।